ਸਹੀ ਸੀ ਦਾ ਮੋਟਰਸਾਈਕਲ 180,000 ਰੁਪਏ ਉੱਪਰ ਲਾਤਾ ਦੇ ਮਤਲਬ 2,00,000 ਰੁਪਏ ਦੀ 2,00,000 ਰੁਪਿਆ ਕਿਉਂਕਿ 10,000 ਦਾ ਤੇਲ ਬੂਕ ਹੋ ਜਾਣਾ ਚੈੱਕ ਕਰਦੇ ਰਿਮ ਕਿਹੜੀ ਕਿਹੜੀ ਚੀਜ਼ ਦਾ ਇਹ ਭਾਜੀ ਇਹ ਟਰੈਕਟਰ ਦਾ ਹੀ ਹੈ ਜੀ 6-16 ਵਾਲਾ ਇਹਦੇ ਵਿੱਚ ਵਿੱਚ ਟੈਂਕੀ ਕਾਹਦੀ ਆ ਬੁਲਟ ਦੀ ਹੈ ਜੀ ਬੁਲਟ ਦੀ ਬੁਲਟ ਦੀ ਟੈਂਕੀ ਹਨਾ ਹੁਣ ਕਈ ਐ ਨਾ ਸਮਝ ਲੈਣ ਕਿ ਆ ਸਾਰੀ ਸਾਰੀ ਟੈਂਕੀ ਹੈ ਨਹੀਂ ਇਹਦੇ ਵਿੱਚ ਹੋਊਗਾ ਇੱਥੋਂ ਲੈ ਕੇ ਚੈਸੀ ਫਰੇਮ ਦੇਖ ਇੱਥੋਂ ਫਰੇਮ ਸ਼ੁਰੂ ਹੋ ਗਿਆ ਮੋਟਰਸਾਈਕਲ ਦਾ ਹਨਾ ਤਾਂ ਤੁਰ ਤੱਕ ਸਾਰਾ ਬਣਾਇਆ ਹਾਂਜੀ ਹਾਂਜੀ ਦੇਖ ਲਾ ਸਾਰੀ ਚੈਸੀ ਇੱਦਾਂ ਗਈ ਆ ਫਿਰ ਉੱਥੇ ਉਹਨੂੰ ਅਟੈਚ ਕੀਤਾ ਇਹ ਸਸਪੈਂਸ਼ਨ ਸਿਸਟਮ ਪਿੱਛੇ ਆ ਬਣਾਇਆ ਇਹ ਕੀ ਚੀਜ਼ ਆ ਭਾਅ ਜੀ ਇਹ ਕੀ ਸਿਸਟਮ ਬਣਾਇਆ ਕਿ ਇਹ ਗੇਅਰ ਹੈ ਭਾਅ ਜੀ ਜਿੱਦਾਂ ਹੁਣ 240 mm ਦਾ ਟਾਇਰ ਆ ਤੁਹਾਨੂੰ ਪਤਾ ਇਹਦੇ 'ਚ ਹੁਣ ਸਿੰਗਲ ਚੇਅਰ ਨਹੀਂ ਚੱਲ ਸਕਦੀ ਹੈ ਨਾ ਅਤੇ ਜਾਂ ਸਾਨੂੰ ਵੀਲ ਟੇਢਾ ਕਰਨਾ ਪੈਣਾ ਆ ਇੱਕ ਪਾਸੇ ਕਰਨੀ ਪੈਣੀ ਪਿੱਛੋਂ ਦੀ ਅਲਾਈਨਮੈਂਟ ਬਰਾਬਰ ਨਹੀਂ ਹੋਣੀ ਉਹ ਰਿਮ 17 ਦਾ ਆ 25,000 ਦਾ ਟਾਇਰ ਆ ਪਰ ਇੱਧਰ ਨੂੰ ਘਟਿਆ ਵਿੱਚ ਹਨਾ ਰਿਮ ਦੀ ਇਹ ਦੋ ਰਿਮਾਂ ਨੂੰ ਕੱਟ ਕੇ ਬਣਾਇਆ ਨਾ ਅਸੀਂ ਅੱਛਾ ਉਧਰਲੇ ਪਾਸੇ ਨੂੰ ਜ਼ਿਆਦਾ ਆ ਹਾਂਜੀ ਦੋ ਰਿਮ ਨੂੰ ਕੱਟ ਕੇ ਬਣਾਇਆ ਨਾ ਇੱਕ ਪਾਸੇ ਆਪਾਂ ਸਪੋਰਟ ਕੱਟਤੀ ਬਾਅਦ 'ਚੋਂ ਭਵਿੰਦਰ ਉਰੇ ਆ ਦੇਖ ਕਿ ਇਸ ਪਾਸੇ ਇੱਧਰ ਹੱਥ ਪੈਂਦਾ ਹਾਂਜੀ ਉਧਰੋਂ ਥੋੜ੍ਹਾ ਜਿਹਾ ਥੋੜ੍ਹਾ ਜਿਹਾ ਇਹ ਦੋ ਰਿਮਾਂ ਨੂੰ ਕੱਟ ਕੇ ਦੋ ਰਿਮਾਂ ਨੂੰ ਸੈਂਟਰ ਸੈਂਟਰ ਆ ਗਿਆ ਫਿਰ ਵੀ ਹਾਂਜੀ ਹਾਂਜੀ ਫਿਰ ਵੀ ਸੈਂਟਰ ਆਇਆ ਤੁਸੀਂ ਚੈੱਕ ਕਰ ਸਕਦੇ ਹੋ ਆਪਾਂ ਦੱਸ ਦਿੰਦੇ ਹਾਂ ਜਿਹੜਾ ਇੱਧਰਲਾ ਰਿਮ ਆ ਇਹ ਹੈਗਾ ਐਫ ਜੈਡ ਦਾ ਰਿਮ ਅੱਛਾ ਇਹ ਸਾਈਡ ਵਾਲਾ ਫਿਰ ਉਹਦੇ ਵਿੱਚ ਇੱਕ ਅਪਾਚੇ ਦਾ ਜੋੜਿਆ ਟੀਵੀਐਸ ਦਾ ਇੱਧਰ ਅਪਾਚੇ ਆ ਹਾਂ ਕਿਉਂਕਿ ਇਹਦੇ ਕੜਾ ਨਹੀਂ ਨਾ ਲਾਇਆ ਆਪਾਂ ਇਹ ਦੋ ਰਿਮਾਂ ਨੂੰ ਆਪਾਂ ਡਾਇਆ ਬਣਾ ਕੇ ਜੋੜ ਦਿੱਤਾ ਆ ਬਾਅਦ ਚੋਂ ਖਰਾਦ ਤੇ ਚਾੜਿਆ ਬਾਅਦ ਚੋਂ ਖਰਾਦ ਤੇ ਤਾੜਿਆ ਟੂਲ ਲਾ ਕੇ ਹਾਂ ਟੂਲ ਲਾ ਕੇ ਉਹਨੂੰ ਚੰਗੀ ਤਰ੍ਹਾਂ ਬੰਨਿਆ ਐਕਸਲ ਦੇ ਨਾਲ ਫਿਰ ਉਹਨੂੰ ਚਾਰਾਂ ਪਾਸੇ ਲੇਅਰ ਲਾਈ ਮਿਗ ਵੈਲਡਿੰਗ ਦੀ ਉਸ ਤੋਂ ਬਾਅਦ ਫਿਰ ਉਹਨੂੰ ਪੂਰੀ ਲੇਅਰ ਬਾਅਦ ਚੋਂ ਲਾਈ ਠੰਡਾ ਕਰਕੇ ਹੁਣ ਜਿਹੜਾ ਨਹੀਂ ਹੁੰਦਾ ਜਿਹਨੂੰ ਇਹ ਗੱਲ ਨਹੀਂ ਸਮਝ ਆਉਂਦੀ ਫਿਰ ਜੱਟਾ ਤੈਨੂੰ ਮਸ਼ੀਨਰੀ ਦਾ ਪਤਾ ਨਹੀਂ ਸਹੀ ਗੱਲ ਇਹ ਕਿੱਦਾਂ ਹੁੰਦੀਆਂ ਨੇ ਚੀਜ਼ਾਂ ਟੂਲ ਕਿਵੇਂ ਲੱਗਦਾ ਖਰਾਬ ਚੀਜ਼ ਭੇਜਣੀ ਪੈਂਦੀ ਆ ਹਰ ਬੰਦੇ ਦਾ ਇਹ ਨਹੀਂ ਕਿ ਕੱਲਾ ਬਾਈ ਨੇ ਬਣਾਇਆ ਇਹਦੇ 'ਚ ਬਹੁਤ ਬੰਦਿਆਂ ਦਾ ਰੋਲ ਆ ਬਹੁਤ ਬੰਦਿਆਂ ਦਾ ਇਹ 'ਚ ਕਹਿ ਲਓ ਕਿ ਤੁਸੀਂ ਕਹਿ ਦੋਗੇ ਨਾ ਕਿ ਪੈਸੇ ਖਰਾਬ ਭਾਈ ਬਹੁਤ ਲੋਕਾਂ ਦੀ ਰੋਟੀ ਚੱਲਦੀ ਆ ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਤੇ ਘੈਂਟ ਚੀਜ਼ ਆ ਹੁਣ ਇਹਦੇ ਬਾਰੇ ਮੈਨੂੰ ਆਪ ਨਹੀਂ ਪਤਾ ਮੈਂ ਕੀ ਕਹਾਂ ਮੈਂ ਤਾਂ ਦੇਖੀ ਪਹਿਲੀ ਵਾਰੀ ਆ ਇਹ ਆਪਣਾ ਭਰਾ ਆ ਜਗਜੀਤ ਸਟੰਟਾਂ ਵਾਲਾ ਹੈ ਨਾ ਜਗਜੀਤ ਸਟੰਟ ਨਾਂ ਦੇ ਬਾਈ ਦੀ ਆਈਡੀਆ ਬਾਈ ਮੈਨੂੰ ਨਾ ਇੱਕ ਵਾਰੀ ਉਹ ਜਲੰਧਰ ਮਿਲਿਆ ਸੀਗਾ ਲੰਮੇ ਪਿੰਡ ਚੌਂਕ ਕੋਲ ਬਾਈ ਦਾ ਸਟੰਟ ਪ੍ਰੈਕਟਿਸ ਕਰਦਾ ਸੀ ਉੱਥੇ ਬਾਈ ਦੇ ਕੋਲ ਅਥਰਾ ਜਿਹਾ ਮੋਟਰਸਾਈਕਲ ਸੀਗਾ ਬਾਈ ਕਹਿੰਦਾ ਯਾਰ ਇੱਕ ਮੋਟਰਸਾਈਕਲ ਅਸੀਂ ਹੋਰ ਬਣਾਇਆ ਇਹ ਪਤਾ ਤਾਂ ਰੂਦੂ ਵੀ ਅਥਰਾ ਹੈ ਅਤੇ ਇਹ ਭਾਈ ਇੱਧਰ ਜਗਜੀਤ ਭਾਈ ਉਰੇ ਆਇਆ ਉਰਿਆ ਪਿੱਤਰ ਬਾਈ ਨੂੰ ਵੀ ਨਾ ਭਾਜੀ ਆ ਜਾਓ ਅਤੇ ਇਹ ਸਾਡਾ ਭਰਾ ਜਗਜੀਤ ਆ ਪਹਿਲਾਂ ਬਾਈ ਉਹ ਉੱਥੇ ਸਤਿ ਸ਼੍ਰੀ ਅਕਾਲ ਬੁਲਾਈ ਸਾਰਿਆਂ ਨੂੰ ਅਤੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਅਤੇ ਵੀਰੇ ਦਾ ਨਾਮ ਬਬਲੂ ਹੈ ਜੀ ਹਾਂਜੀ ਬਬਲੂ ਹਾਂਜੀ ਫਾਰਮ ਦਾ ਨਾਂ ਬੜਾ ਔਖਾ ਯਾਰ ਤੁਹਾਡਾ ਹਾਂਜੀ ਹਾਂਜੀ ਕੀ ਸੀਗਾ ਐਸ਼ ਮੋਡੀਫਿਕੇਸ਼ਨ ਵਾਲੇ ਬਾਈ ਆ ਅੱਛਾ ਜਿਹੜਾ ਤੁਹਾਡੇ ਵਾਲਾ ਮੋਟਰਸਾਈਕਲ ਆ ਜਿਹੜਾ ਉਹ ਤੁਸੀਂ ਚੱਕ ਥਲ ਜੀ ਵਾਲੀ ਕਰਦੇ ਹੋ ਉਹ ਫਿਰ ਵੀਰਾ ਕਰਦਾ ਹੁੰਦਾ ਉਹਨੂੰ ਹਾਂਜੀ ਜਿੰਨੀ ਮੋਡੀਫਿਕੇਸ਼ਨ ਆ ਨਾ ਸਾਡੀਆਂ ਬਾਈਕਾਂ ਦੀ ਵੀ ਬਾਈ ਕਰਦਾ ਸਾਡੀਆਂ ਉਹ ਵੀਰਾ ਕਰਦਾ ਹਨਾ ਅੱਛਾ ਇਹ ਵੀ ਵੀਰੇ ਨੇ ਕਰੀ ਹੋਈ ਆ ਸਾਰੀ ਬਾਈ ਐਂ ਦੱਸੀ ਉਦਾਂ ਉਹ ਚੈਸੀ ਕਿਹੜੇ ਮੋਟਰਸਾਈਕਲ ਭਾਈ ਸਾਰਾ ਫਰੇਮ ਆਪ ਹੀ ਬਣਾਇਆ ਜੀ ਇਹ ਸਾਰਾ ਚੈਸੀ ਫਰੇਮ ਆਪ ਬਣਾਇਆ ਵੀਰੇ ਹਾਂਜੀ ਹਾਂਜੀ ਉਪਿੰਦਰ ਉਰੇ ਆ ਇੱਧਰਲੇ ਪਾਸੇ ਆ ਇੱਥੋਂ ਲੈ ਕੇ ਚੈਸੀ ਫਰੇਮ ਦੇਖ ਇੱਥੋਂ ਫਰੇਮ ਸ਼ੁਰੂ ਹੋ ਗਿਆ ਮੋਟਰਸਾਈਕਲ ਦਾ ਹਨਾ ਤਾਂ ਤੁਰ ਤੱਕ ਸਾਰਾ ਆਪ ਬਣਾਇਆ ਹਾਂਜੀ ਹਾਂਜੀ ਦੇਖ ਲਾ ਸਾਰੀ ਚੈਸੀ ਇੱਦਾਂ ਗਈ ਆ ਫਿਰ ਉੱਥੇ ਉਹਨੂੰ ਅਟੈਚ ਕੀਤਾ ਇਹ ਸਸਪੈਂਸ਼ਨ ਸਿਸਟਮ ਪਿੱਛੇ ਆਪ ਬਣਾਇਆ ਇਹ ਕੀ ਚੀਜ਼ ਆ ਭਾਅ ਜੀ ਇਹ ਕੀ ਸਿਸਟਮ ਬਣਾਇਆ ਕਿ ਇਹ ਗੇਅਰ ਹੈ ਭਾਅ ਜੀ ਜਿੱਦਾਂ ਹੁਣ 240 mm ਦਾ ਟਾਇਰ ਆ ਤੁਹਾਨੂੰ ਪਤਾ ਇਹਦੇ 'ਚ ਹੁਣ ਸਿੰਗਲ ਚੇਅਰ ਨਹੀਂ ਚੱਲ ਸਕਦੀ ਹੈ ਨਾ ਅਤੇ ਜਾਂ ਸਾਨੂੰ ਵੀਲ ਟੇਢਾ ਕਰਨਾ ਪੈਣਾ ਆ
ਇੱਕ ਪਾਸੇ ਕਰਨੀ ਪੈਣੀ, ਪਿੱਛੋਂ ਦੀ ਅਲਾਈਨਮੈਂਟ ਬਰਾਬਰ ਨਹੀਂ ਹੋਣੀ ਹਾਂ, ਕਿਉਂਕਿ ਫਿਰ ਉਹਦੀ ਉਹ ਡਾਇਰੈਕਸ਼ਨ ਪਤਾ ਨਹੀਂ ਟਾਇਰ ਦੇ ਹਿਸਾਬ ਨਾਲ। ਹਾਂਜੀ 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 ਪਤਾ। ਫਿਰ ਆ ਸਾਨੂੰ ਗੇਅਰ ਬਣਾਉਣਾ ਪਿਆ, ਇੱਕ ਇੱਕ ਇੰਜਨ ਤੋਂ ਉਹਨੂੰ ਡਰਾਈਵ ਕਰਦਾ ਤਾਂ ਦੂਜਾ ਰੇਅਰ ਜਿਹੜਾ ਆਪਣਾ ਟਾਇਰ ਆ ਉਹਨੂੰ ਘੁੰਮਾਉਂਦਾ ਆ, ਗੇਅਰ ਸਪੈਸ਼ਲ ਬਣਾਉਣਾ ਪਿਆ ਸਾਨੂੰ। ਇਹ ਹੋਰ ਕਿਸੇ ਚੈਸੀ 'ਤੇ ਨਹੀਂ ਬਣ ਸਕਦਾ ਸੀਗਾ ਮੋਟਰਸਾਈਕਲ, ਮੰਨ ਲਾ ਮੋਟਰਸਾਈਕਲ ਦਾ ਭਾਈ ਉਹ ਜਿਵੇਂ ਉਹ ਇਹਦੇ ਪਲਸਰ ਆ, ਹਾਂਜੀ ਜਿਵੇਂ KTM ਆਉਂਦਾ ਆ, ਬਿਲਕੁਲ ਹੈ ਨਾ, ਹੋਰ ਕਿਸੇ ਚੈਸੀ ਫਰੇਮ 'ਤੇ ਨਹੀਂ ਬਣ ਸਕਦੀ ਸੀ ਆਹ ਚੀਜ਼। ਜਿਵੇਂ ਕੋਈ ਆਪਾਂ ਨੂੰ ਹਾਰਲੇ ਦੀ ਮਿਲ ਜਾਏ, ਪਲਸਰ ਦਾ ਆਉਂਦਾ ਹੁੰਦਾ ਸੀ ਪਹਿਲਾਂ, ਇੱਕ ਦੂਸਰੀ ਸ਼ੇਪ 'ਚ ਆਉਂਦਾ ਹੁੰਦਾ ਸੀਗਾ ਕਰੂਜ਼ਰ ਦੀ ਸ਼ੇਪ ਦੇ ਵਿੱਚ ਐਂਟਾਈਜ਼ਰ, ਹਾਂ ਉਹ ਦੀ ਚੈਸੀ ਫਰੇਮ 'ਤੇ ਨਹੀਂ ਇਹ ਚੀਜ਼ ਬਣ ਸਕਦੀ ਭਾਅ ਜੀ, ਬਣਾਉਣਾ ਅਲੱਗ ਸਾਰਾ ਇਹਦਾ ਬਣਾਉਣਾ ਹੀ ਪੈਣਾ ਸੀ ਸਾਨੂੰ। ਇਹਦੇ ਲਈ ਇੱਕ ਇਹ ਕਨਸੈਪਟ ਪਹਿਲਾਂ PC 'ਤੇ ਬਣਦਾ ਕਿ ਦਿਮਾਗ 'ਚ ਬਣਦਾ? ਨਹੀਂ, ਕਸਟਮਰ ਨੇ ਸਾਨੂੰ ਫੋਟੋ ਦਿਖਾਈ ਸੀ, ਇਹ ਪਹਿਲਾਂ ਨਾ ਕਿਤੇ ਬਾਹਰ ਲੈਣ ਕਿਸੇ ਕਾਪੀ ਕੀਤੀ ਸੀਗੀ ਇਹ, ਮਤਲਬ ਬਣਾਈ ਸੀਗੀ ਕਿਸੇ ਨੇ, ਅਤੇ ਉਹਨਾਂ ਦੀ ਫੋਟੋ ਨਾ ਸਾਨੂੂੰ ਦਿਖਾਈ ਸੀਗੀ ਉਹਨਾਂ ਨੇ, ਇੱਦਾਂ ਦਾ ਕਰਕੇ ਨਾ ਇੱਕ ਬਾਈਕ 'ਤੇ ਗੇਅਰ ਲਗਾਉਣਾ, ਅਤੇ ਫਿਰ ਉਹਨਾਂ ਨੇ ਦੱਸਿਆ ਸੀ ਸਾਨੂੰ, ਫਿਰ ਅਸੀਂ ਸੇਮ ਉਹਦੇ ਨਾਲ ਇੱਕ ਕਲਾਇੰਟ ਦਾ ਮੋਟਰਸਾਈਕਲ, ਇਹ ਬਾਹਰ ਦੀ ਕਾਪੀ ਅਸਲ 'ਚ। ਇਹ ਹੁਣ ਕਲਾਇੰਟ ਨੇ ਪੈਸੇ ਕਿੰਨੇ ਕਲਾ ਤੇ? ਇਹਦੇ 'ਤੇ ਲੱਗ ਗਿਆ ਬਾਈ 1-80 ਲੱਗ ਗਈ ਹੈ। 1,80,000 ਮੋਟਰਸਾਈਕਲ ਹੈਗਾ ਕਬਾਰ 'ਚੋਂ ਲਿਆ, 10,000 ਦਾ, 10,000 ਦਾ ਲਿਆ, ਇੰਜਨ ਸਹੀ ਸੀਗਾ ਮੋਟਰਸਾਈਕਲ, 1,80,000 ਵੀ ਉੱਪਰ ਲਾਤਾ ਦੇ, ਮਤਲਬ 2,00,000 ਰੁਪਏ ਦੀ, 2,00,000 ਰੁਪਇਆ, ਕਿਉਂਕਿ 10,000 ਦਾ ਤੇਲ ਬੂਕ ਹੋ ਜਾਣਾ ਚੈੱਕ ਕਰਨ ਦੀ ਗੱਲ ਯਾਰ। ਇਹ ਤਾਂ ਮੋਟਰ ਇੰਜਨ ਹੈਗਾ ਅਪਾਚੀ ਦਾ, ਅਪਾਚੀ ਦਾ 2006 ਮਾਡਲ, ਹਾਂਜੀ ਜੇ 6 ਮਾਡਲ ਮੋਟਰਸਾਈਕਲ ਇੰਜਨ ਜਿਹੜਾ ਇਹ ਇੰਜਨ ਆ, ਇਹਦੀ ਜਗ੍ਹਾ ਹੋਰ ਵੀ ਤਾਂ ਆਪਾਂ ਲਾਈ ਸਕਦੇ ਸੀਗੇ ਕਿ ਸਪੈਸੀਫਿਕਲੀ ਇਹੀ ਇਹਨੂੰ ਰਲਦਾ ਹੈ। ਇਹ ਕਾਫੀ ਪੁਰਾਣਾ ਬਾਈਕ ਆ ਸਾਡੇ ਕੋਲ, ਮਤਲਬ ਕਬਾੜ ਹੋ ਗਿਆ ਸੀ ਕਿੱਦਾਂ ਹੀ ਪਹਿਲਾਂ ਪੰਜਾਬ ਵਾਲੇ ਜਾਂਦੇ ਆ ਕਿ ਬਾਹਰੋਂ ਆਉਂਦੇ? ਇਹ ਬਾਹਰੋਂ ਜਾਂਦੇ ਜ਼ਿਆਦਾ, ਪੰਜਾਬ ਕੋਲ ਕਲਾਇੰਟ ਜ਼ਿਆਦਾ ਕਿੱਥੋਂ ਆ? ਜ਼ਿਆਦਾ ਬਾਹਰ ਨੇ, ਹਰਿਆਣੇ ਦੇ ਸਾਡੀਆਂ 3-4 ਗੱਡੀਆਂ ਗਈਆਂ ਹਾਂਜੀ, ਹਰਿਆਣੇ ਹਾਂਜੀ, ਪੰਜਾਬ ਵਾਲੇ ਨਹੀਂ ਕਰਦੇ ਆਹ ਚੀਜ਼ਾਂ ਕਿ ਬੁਲਟ ਵਾਲੇ ਆ ਜ਼ਿਆਦਾ। ਇਹ ਪੰਜਾਬ 'ਚ ਸਾਡੇ ਹਿਸਾਬ ਨਾਲ ਪਹਿਲੀ ਬਾਈਕ ਆ ਇੱਦਾਂ ਦੀ, ਇਸ ਲੈਵਲ ਦਾ ਅਸੀਂ ਕੰਮ ਕੀਤਾ ਹੈ, ਜਿਹਦਾ ਹੁਣ 200 ਕਿੰਨਾ ਨੰਬਰ, 40 ਨੰਬਰ, 40 ਨੰਬਰ ਟਾਇਰ, ਮੈਸਲਰ ਦਾ ਟਾਇਰ ਆ ਦੋਨੇ ਹੀ, ਇੰਪੋਰਟਡ ਆ, ਪੰਜਾਬ ਦਾ ਪਹਿਲਾ ਬਾਈਕ ਹੈ, ਪਹਿਲਾ ਬਾਈਕ ਆ ਇਹ। ਇਹ ਰਿਮ ਫੇ ਸਪੈਸ਼ਲ ਹੋਊ ਇਹਦਾ? ਹਾਂਜੀ ਹਾਂਜੀ, ਰਿਮ ਸਪੈਸ਼ਲ ਹੈ ਜੀ, ਸਪੈਸ਼ਲ ਆ ਬਣਾਇਆ ਰਿਮ ਵੀ, ਰਿਮ ਦਿਖਾਈ ਭੁਪਿੰਦਰ, ਇਹਦਾਂ ਮਾਰਕੀਟ 'ਚ ਨਹੀਂ ਮਿਲਣਾ ਤੁਹਾਨੂੰ, ਇਹ ਸਾਰਾ ਜਗਾੜਮੇਟ ਕੀਤਾ ਸਾਰਾ। ਰਿਮ ਕਿਹੜੀ ਕਿਹੜੀ ਚੀਜ਼ ਦਾ ਇਹ ਭਾਜੀ? ਇਹ ਟਰੈਕਟਰ ਦਾ ਹੀ ਆ ਜੀ, 6-16 ਵਾਲਾ, ਹਾਂਜੀ ਹਾਂਜੀ, ਮੂਹਰਲੇ ਟਾਇਰ ਦਾ, ਹਾਂਜੀ ਹਾਂਜੀ, ਉਹਨੂੰ ਵਿੱਚੋਂ ਕਰੋ ਕੱਟ ਕੇ ਬਰੋਡ ਕਰਕੇ ਵਿੱਚ ਘਰ ਫਿਰ ਇਹਦਾ ਬਣਾਇਆ, ਫਿਰ ਕਿ ਆਪਣੇ ਕੋਲ ਟਰੈਕਟਰ ਆ ਹੀ ਜਾਂਦਾ, ਅੰਦਾ ਟਰੈਕਟਰ ਹੀ ਹੈ ਕਿ ਟਰੈਕਟਰ ਦਾ ਰਿਮ ਆ 6-16 ਵਾਲਾ ਜਿਹੜਾ ਮੂਹਰੇ ਪਾਈਦਾ, ਤੇ ਉਹ ਉਹ ਰਿਮ ਨੂੰ ਖੋਲਿਆ, ਹਾਂਜੀ ਵਿਚਾਲੇ ਪਲੇਟ ਲਾਈ, ਪਲੇਟ ਲਾਈ, ਫਿਰ ਉਹ ਤੇ ਟਾਇਰ ਚੜਿਆ, ਫਿਰ ਟਾਇਰ ਚੜਿਆ 16 ਇੰਚੀ ਦੇ ਵਿੱਚ। ਦੋ ਮਕੈਨਿਕ ਫੇਲ ਕੀਤੇ ਸੀ ਪਹਿਲਾਂ ਜਦੋਂ ਟਾਇਰ ਚੜਿਆ ਨਾ, ਅਸੀਂ ਦੋ ਮਕੈਨਿਕ ਫੇਲ ਹੋਏ ਸਾਡੇ ਤੋਂ ਭਾਜੀ, ਦਾ ਤੀਜੇ ਮਕੈਨਿਕ ਨੇ ਚੜਿਆ ਹੈ ਜਦੋਂ ਸੋਹਣਾ ਟਾਇਰ ਆ, ਹਾਂਜੀ ਹੈ ਨਾ, ਇਹ ਟਾਇਰ ਦੀ ਲਾਈਫ ਕਿੰਨੀ ਕੁ ਹੋਊਗੀ, ਕਿੰਨੇ ਕਿਲੋਮੀਟਰਾਂ ਦੀ ਹੋਊ? ਚੱਲ ਜਾਂਦਾ ਜੀ 70,000 ਕਿਲੋਮੀਟਰ ਚੱਲ ਜਾਂਦਾ। ਅੱਛਾ ਐ ਨਹੀਂ ਕਿ ਛੇਤੀ ਘੱਸ ਜੂ? ਨਹੀਂ ਨਹੀਂ, ਐ ਨਹੀਂ ਘੱਸ, ਕਈਆਂ ਨੂੰ ਐ ਹੋਣਾ ਨਾ ਕਿ ਯਾਰ ਟਾਇਰ ਤਾਂ ਪਾ ਲਏ ਤਾਂ ਛੇਤੀ ਉੜ ਜਾਣਾ। ਨਹੀਂ ਨਹੀਂ ਨਹੀਂ, ਮੈਂ ਨਹੀਂ ਜਲਦੀ ਉੜਦਾ। ਇਹ ਟਾਇਰ 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 ਕਿੰਨੇ ਦਾ ਹੋਊਗਾ? 32,000 ਦਾ ਟਾਇਰ, 32,000 ਦਾ ਟਾਇਰ ਆ, ਹਾਂਜੀ ਹਾਂਜੀ, 6-16 ਦੀ ਸਾਰੀ ਜੋੜੀ ਇੰਨੀ ਕੁ ਦੀ ਆਉਂਦੀ ਆ, ਟਾਇਰਾਂ ਸਣੇ ਰਿਮਾਂ ਸਣੇ, ਹਾਂਜੀ, ਤੇ 32,000 ਦਾ ਇਕੱਲਾ ਟਾਇਰ ਆ, ਹਾਂਜੀ। ਫਿਰ ਉਹ ਮੂਹਰੇ ਵੀ ਪਾਇਆ, ਉਹ ਕਿੰਨਾ ਨੰਬਰ? ਉਹ ਹੈਗਾ ਵਾ 200 mm ਦਾ ਹੈਗਾ ਟਾਇਰ, 17 ਇੰਚੀ 'ਚ ਆ ਉਹ, 17 ਦਾ। ਅੱਛਾ ਰਿਮ 17 ਦਾ ਆ? ਉਹ ਰਿਮ 17 ਦਾ ਆ, ਉਹ 25,000 ਦਾ ਟਾਇਰ ਆ,
25,000 ਦਾ ਟਾਇਰ ਆ ਪਰ ਇੱਧਰ ਨੂੰ ਘੱਟ ਆ ਵਿੱਥ ਹੈ ਨਾ ਰਿਮ ਦੀ ਦੋ ਰਿਮਾਂ ਨੂੰ ਕੱਟ ਕੇ ਬਣਾਉਣਾ ਅਸੀਂ ਅੱਛਾ ਉੱਧਰਲੇ ਪਾਸੇ ਨੂੰ ਜ਼ਿਆਦਾ ਆ ਹਾਂਜੀ ਦੋ ਰਿਮ ਨੂੰ ਕੱਟ ਕੇ ਬਣਾਉਣਾ ਇੱਕ ਪਾਸੇ ਆਪਾਂ ਸਪੋਰਟ ਕੱਟਤੀ ਬਾਅਦ ਚੋਂ ਭਵਿੰਦਰ ਉਰੇ ਆਹ ਦੇਖ ਕਿ ਇਸ ਪਾਸੇ ਇੱਧਰ ਹੱਥ ਪੈਂਦਾ ਹਾਂਜੀ ਉੱਧਰੋਂ ਥੋੜ੍ਹਾ ਆ ਥੋੜ੍ਹਾ ਆ ਇਹ ਦੋ ਰਿਮਾਂ ਨੂੰ ਕੱਟ ਕੇ ਦੋ ਰਿਮਾਂ ਪਰ ਸੈਂਟਰ ਸੈਂਟਰ ਆ ਗਿਆ ਫਿਰ ਵੀ ਹਾਂਜੀ ਹਾਂਜੀ ਫਿਰ ਵੀ ਸੈਂਟਰ ਆਇਆ ਤੁਸੀਂ ਚੈੱਕ ਕਰ ਸਕਦੇ ਹੋ ਜਿਹੜਾ ਇੱਧਰਲਾ ਰਿਮ ਆ ਇਹ ਹੈਗਾ ਐਫ ਜੈਡ ਦਾ ਰਿਮ ਅੱਛਾ ਇਹ ਸਾਈਡ ਵਾਲਾ ਫਿਰ ਉਹਦੇ ਵਿੱਚ ਇੱਕ ਅਪਾਚੇ ਦਾ ਜੋੜਿਆ ਟੀਵੀਐਸ ਦਾ ਇੱਧਰ ਅਪਾਚੇ ਆ ਹਾਂ ਵਿੱਚ ਦੋ ਰਿਮ ਜੋੜ ਕੇ ਫਿਰ ਇਹ ਬਣਿਆ ਇੱਕ ਕਿਉਂਕਿ ਐਡਾ ਤੁਹਾਨੂੰ ਪਤਾ ਹੋਣਾ ਐਡੇ ਆਉਂਦੇ ਨਹੀਂ ਹੈਗੇ ਇੱਥੇ ਰਿਮ ਚੋੜੇ ਹਾਂ ਜੇ ਇੰਪੋਰਟ ਕਰਾਉਣਾ ਪੈ ਜਾਂਦਾ ਬਹੁਤ ਮਹਿੰਗਾ 1,35,000 ਦਾ ਇਹ ਕਿਉਂਕਿ ਇੰਪੋਰਟਡ ਆ ਤੁਹਾਨੂੰ ਪਤਾ ਟਾਇਰ 200 mm ਦਾ ਟਾਇਰ ਹਾਇਆ ਫੂਸਾ ਨੂੰ ਐਸਟੋਜ਼ਨ ਨੂੰ ਆਈ ਜਾਂਦੇ ਆ ਇਹ ਹਾਂਜੀ ਇਹ ਉਹ ਟਾਇਰ ਆ ਜੇ ਬਾਹਰੋਂ ਮੰਗਾਉਣਾ ਪੈ ਜਾਏ ਇੰਪੋਰਟ ਕਿੱਥੋਂ ਦਾ 35,000 ਦਾ ਤੁਹਾਨੂੰ ਦੱਸਦਾ ਮੈਂ ਆਪਾਂ ਕਿੱਥੋਂ ਆਊਗਾ ਇੰਪੋਰਟ ਕਰਾ ਕੇ ਆਲਮੋਸਟ ਜੇ ਦਵਾਈ ਦਵੂਈ ਤਾਂ ਕਰਾਉਣਾ ਪੈਣਾ ਕਿਸੇ ਹੋਰ ਪਾਸਿਓਂ ਦੁਬਈ ਤੋਂ ਹੀ ਮਿਲ ਜਾਂਦਾ ਜ਼ਿਆਦਾਤਰ ਤਾਂ ਇੱਧਰੋਂ ਮੰਗਾਉਂਦੇ ਮਲੇਸ਼ੀਆ ਮਲੂਸ਼ੀਆ ਤੋਂ ਮਿਲ ਜਾਂਦੇ ਆ ਉੱਧਰ ਹੈਗਾ ਰਿਵਾਜ ਹਾਂਜੀ 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 ਪਰ ਫਿਰ ਇੰਨੇ ਲੰਬੇ ਚੌੜੇ ਕੰਮ ਨਾਲ ਆਪਾਂ ਬਣਾ ਹੀ ਲਈਦਾ ਫਿਰ ਆਪ ਹੀ ਸਾਰਾ ਬਿਲਡ ਕੀਤਾ ਅਤੇ ਆ ਜਿਹੜੀਆਂ ਇਹ ਸ਼ੋਕਰ ਲਾਡਾਂ ਫਿਰ ਇਹ ਕਿਹੜੀਆਂ ਸ਼ੋਕਰ ਹੈਗੇ ਐਫ ਜੀਡ ਦੇ ਆ ਅਤੇ ਪਰ ਆਪਾਂ ਐਕਸਟੈਂਡ ਕੀਤੇ 6 inch ਲੰਬੇ ਕੀਤੇ ਇੱਥੋਂ ਦੀ 6 inch ਉੱਪਰੋਂ ਵਧਾ ਹਾਂਜੀ ਹੈਂਡਲ ਗ੍ਰੈਬ ਹੈਂਡਲ ਵਧਾਉਣ ਨੂੰ ਹਾਈਟ ਹਾਂਜੀ ਹਾਂਜੀ 6 inch ਲੰਬੇ ਕੀਤੇ ਆ 6 inch ਆਹ ਵਧਾ ਕੇ ਤਾਂ ਉਹਨੂੰ ਹਾਂਜੀ 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 ਤੇ ਆਹ ਆਹ ਜਿਹੜਾ ਇਹ ਵੀ ਸਾਰਾ ਹਾਂਜੀ ਆਪ ਹੀ ਬਣਾਇਆ ਇਨ ਹਾਊਸ ਹੀ ਬਣਾਇਆ ਸਾਰਾ ਹਾਂਜੀ ਹਾਂਜੀ ਸਭ ਕੁਝ ਇੱਥੇ ਬਣਾਇਆ ਇਹ ਹੈਗਾ ਜੱਟੋ ਜੇ ਕਹੋ ਨਾ ਕਿ 1,80,000 ਖਰਚਾ ਲੱਗਾ ਇਹ ਸੋਚੋ ਇਹ 'ਚ ਬਚੇ ਕਿੰਨੇ ਆ ਬਹੁਤ ਬਚ ਗਏ ਇਸ ਹਿਸਾਬ ਨਾਲ ਜੇ 1,80,000 ਵੀ ਲੱਗਾ ਜੇ ਇਹ ਚੀਜ਼ਾਂ ਇੰਪੋਰਟ ਕਰਾਉਣੀਆਂ ਪੈਣੀਆਂ ਤਾਂ ਮੱਥਾ ਇੰਪੋਰਟ ਕਰਾਉਣਾ ਪੈ ਜਾਵੇ ਰਿਮ ਇੰਪੋਰਟ ਕਰਾਉਣਾ ਪੈ ਜਾਵੇ ਜੇ ਆਪਾਂ ਨੂੰ ਕੋਈ ਹੋਰ ਚੀਜ਼ ਇੱਦਾਂ ਦੀ ਕਿਉਂਕਿ ਜਿਹੜੇ ਬੰਦੇ ਹਾਰਲੇ ਡੇਵਿਡਸਨ ਚਲਾਉਂਦੇ ਆ ਜਾਂ ਜਿਹਨਾਂ ਨੂੰ ਨੌਲੇਜ ਨੌਲੇਜ ਉਹਨਾਂ ਨੂੰ ਪਤਾ 18-20 lakh ਦਾ ਮੋਟਰਸਾਈਕਲ ਹਾਂ ਕਿਉਂਕਿ ਉਹਦੀ ਨਾ ਜੇ ਆਪਾਂ ਐਗਜ਼ੌਸਟ ਪੈਪ ਹੀ ਲਾਉਣੀ ਹੋਵੇ ਤਾਂ ਬੁਲਟ 5-7 ਖੜ ਜਾਂਦੇ ਆ ਨਾਲ ਹਨਾ ਕਲੋ ਜਾਂਦੇ ਖੜ ਜਾਂਦੇ ਨਾ ਇਕੱਲਾ ਐਗਜ਼ੌਸਟ ਹੀ ਉਹਦਾ ਵਧੀਆ ਲਾਉਣਾ ਹੋਵੇ ਆਪਾਂ ਤੇ ਮਤਲਬ ਉਹ ਬਹੁਤ ਜੇ ਇਹ ਉਹਨੂੰ ਪਤਾ ਜਿਹਨੂੰ ਸ਼ੌਂਕ ਆ ਸ਼ੌਂਕ ਆ ਹਾਂਜੀ ਦੂਜੇ ਬੰਦੇ ਦੇ ਭਾਣਾ ਇਹੀ ਉਹਨੇ ਕਹਿਣਾ ਇਹ ਪੈਸੇ ਖਰਾਬ ਕੀਤੇ ਆ ਜਿਹੜਾ ਇਹ ਕਹਿੰਦਾ ਕਿ ਪੈਸੇ ਖਰਾਬ ਕੀਤੇ ਆ ਤੂੰ ਕੀ ਲੈਣਾ ਛੱਡ ਪਰ ਤੇ ਆਹ ਜਿਹੜਾ ਇਹਨੂੰ ਐਗਜ਼ੌਸਟ ਲਾਇਆ ਭਾਜੀ ਹਾਂਜੀ ਇਹ ਫਿਰ ਕਿਹੜਾ ਆ ਕਿੰਨੇ ਕਿਦਾਂ ਆਉਂਦਾ ਹੋਊਗਾ ਸਾਇਲੈਂਸ ਜਿਹੜਾ ਆਪਾਂ ਲਾਇਆ 2600 ਰੁਪਏ ਦਾ ਹੈਗਾ ਫੇਰ ਤਾਂ ਭਾਅ ਸਿਰ ਅੱਛਾ ਹੈ ਨਾ ਸਸਤਾ ਆ ਇਹ ਸਸਤਾ ਜਿਹੜੇ ਉਹ ਮਹਿੰਗੇ ਕਿਹੜੇ ਹੁੰਦੇ ਜਿਹੜੇ ਓਰੀਜਨਲ ਲੋਗੇ ਫੇਰ ਤਾਂ ਮਹਿੰਗੇ ਆ ਉਹ ਤਕਰੀਬਨ ਨਹੀਂ 2600 ਤੋਂ ਸ਼ੁਰੂ ਹੋ ਜਾਂਦੇ ਇਸ ਤੋਂ ਉੱਪਰ ਜਿੰਨੇ ਮਰਜ਼ੀ ਮਹਿੰਗੇ ਲੈ ਲਓ ਜਿਹੜੇ ਜਦੋਂ ਉਹ ਨਿੰਜਾ ਨੂੰ ਲਾਏ ਹੁੰਦੇ ਆ ਮੁੰਡਿਆਂ ਨੇ ਹਨਾ ਕਾਵਾਸਾਕੀ ਨਿੰਜਾ 12,000 ਦੇ ਮਿਲ ਜਾਂਦੇ ਆ ਸ਼ੁਰੂ ਹੁੰਦੇ ਆ ਆਹੋ ਜਿਹਨੂੰ ਪੁਲਿਸ ਹੱਥ ਫੜਾਈ ਦੇ ਫਟਾਫਟ ਹੱਥ ਦੇ ਦਿੰਦੇ ਪੁਲਿਸ ਵਾਲੇ ਕਿ ਖੜ ਜਾਓ ਸਾਈਡ ਤੇ ਭੜਾਕੇ ਮਾਰਦੇ ਆ ਹਨਾ 12-15,000 ਸ਼ੁਰੂ ਹੋ ਜਾਂਦੇ ਆ ਆਹੋ ਮੈਂ ਇੱਕ ਮੁੰਡੇ ਦੀ ਵੀਡੀਓ ਦੇਖੀ ਜਾਂਦਾ ਸੀ ਉਹ ਕਹਿੰਦਾ ਬਾਈ ਇਹਦਾ 1,25,000 ਰੁਪਏ ਦਾ ਐਗਜ਼ੌਸਟ ਆ ਹੈਗਾ ਭਾਈ ਬੈਂਡ ਬੁੰਡ ਪਾ ਕੇ ਹੋ ਜਾਂਦੇ ਆ 1,25,000 ਰੁਪਇਆ ਇਕੱਲੀ ਇੱਥੇ ਲੱਗ ਜਾਂਦਾ ਆ ਬੈਂਡ ਨਾਲ ਲੱਗਦੇ ਨਾ ਉਹਨਾਂ ਦੇ ਜਿਹੜਾ ਸਟੋਕ ਰੇ ਉਹ ਨਹੀਂ ਨਾ ਛੇੜਦੇ ਪਾਈਪਾਂ ਉਹ ਪੂਰੇ ਪਾਈਪਾਂ ਉੱਪਰ ਸਾਰੀਆਂ ਨਾਲ ਦਿੰਦੇ ਆ ਤਾਂ ਇੰਨੇ ਕਦਾ ਬਣ ਜਾਂਦਾ ਕਿ ਤੁਸੀਂ ਆਪਣੇ ਹੈੱਡ ਤੋਂ ਹਾਂਜੀ ਇਹ ਸਾਰਾ ਆਪ ਹੀ ਬਣਾਇਆ ਵਾ ਇਹ ਸਾਰਾ ਅਸੀਂ ਆਪ ਬਣਾਇਆ ਹਾਂਜੀ ਹਾਂਜੀ ਨਾ ਕਿ ਇਹਦੇ ਵਿੱਚ ਵੀ ਗਾਹਕ ਦੇ ਪੈਸੇ ਬਚ ਗਏ ਆਵਾਜ਼ ਉਹਦੇ ਨਾਲ ਦੀ ਆਵਾਜ਼ ਦਾ ਫਰਕ ਹੋਊਗਾ ਆਵਾਜ਼ ਉੱਧਰ ਦੀ ਹੋਊਗੀ ਲੋੜ ਹੀ ਹੋਊਗੀ ਆਵਾਜ਼ ਤਾਂ ਹੁਣ ਭਾਅ ਜੀ ਜਿੱਦਾਂ ਆਪਾਂ ਚੈਸੀ ਬਣਾਉਂਦੇ ਹਨਾ ਜਿੱਦਾਂ ਹੁਣ ਮਿਸਤਰੀ ਦੀ ਭਾਸ਼ਾ 'ਚ ਕਹਿ ਲਈਏ ਕਿ ਗੁਣੀਏ ਦੇ ਵਿੱਚ ਜਦੋਂ ਕੋਈ ਚੀਜ਼ ਬਣਾਉਣੀ ਆ ਹਨਾ ਕਿ ਹੁਣ ਅਲਾਈਨਮੈਂਟ ਸਿੱਧੀ ਚਾਹੀਦੀ ਚੀਜ਼ ਦੀ ਜਦੋਂ ਆਪਾਂ ਆਪ ਚੈਸੀ ਬਣਾਉਂਦੇ ਹਾਂ ਹੁਣ ਕੰਪਨੀ 1 inch ਵੀ ਉਰੇ ਪਰੇ ਕਰ ਦੇਵੇ ਤਾਂ ਗੱਡੀ ਦੀ ਚਾਲ ਬਦਲ ਜਾਂਦੀ ਹਾਂਜੀ ਹਾਂਜੀ ਹੁਣ ਜੇ ਇਹ ਜਦੋਂ ਇਹਦੀ ਚੈਸੀ ਬਣਾਉਣੀ ਫਿਰ ਉਹ ਪ੍ਰੋਪਰ ਚਾੜ ਕੇ ਫਰੇਮ ਤੇ ਕਿੱਦਾਂ ਦੇਖਦੇ ਹਾਂਜੀ ਫਰੇਮ ਤੇ ਲਾ ਕੇ ਲੇਜ਼ਰ ਲਾਈਟ ਨਾਲ ਚੈੱਕ ਕਰੀਦੀ ਹੈ
ਅੱਛਾ ਕਿ ਲੇਜ਼ਰ ਲਾ ਕੇ ਲੇਜ਼ਰ ਦੇ ਹਿਸਾਬ ਨਾਲ ਬਿਲਕੁਲ ਨੱਕ ਦੇ ਸੈਂਟਰ ਤੇ ਹਾਂਜੀ 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 ਜਲੰਧਰ ਚ ਕਾਫੀ ਪੁਰਾਣਾ ਮੁੰਡਾ ਵੈਸੇ ਪੇਸ਼ਨ ਦਾ ਇੰਨਾ ਕੁ ਤਜਰਬਾ ਹੋ ਗਿਆ ਇਹਨੂੰ ਹਨਾ ਹੁਣ ਇੱਕ ਰੱਖੀ ਨੇ ਲਾਈਟ ਜੀ ਰੱਖੀ ਆ ਅੱਛਾ ਲਾ ਲੈਂਦੇ ਆ ਸੈਂਟਰ ਤੇ ਲਾ ਦੇਦੀ ਅੱਛਾ ਉਹ ਤੋਂ ਪਤਾ ਲਾ ਜਾ ਅੱਛਾ ਰੀਅਰ ਸੈਂਟਰ ਤੋਂ ਫਰੰਟ ਸੈਂਟਰ ਤਾਂ ਹਾਂ ਪਹਿਲਾਂ ਚੈੱਕ ਕਰਨੀ ਆ ਹਾਂਜੀ ਬਈ ਇੱਕ ਤਾਂ ਇਹ ਚੈਸੀ ਆ ਹਨਾ ਜੇ ਆਪਾਂ ਹੋਰ ਕਿੱਦਾਂ ਦੇ ਹੋਰ ਵੀ ਚੈਸੀਆਂ ਬਾਈ ਨੇ ਬਣਾਤੀ ਹੁੰਦੀ ਐਸਾ ਹੁਣ ਪੋੜੇ ਬਣਾਏ ਨੇ ਬੋੜੇ ਮੋਰਸਲ ਬਣਾਏ ਵੀਰੇ ਕਿੰਨੇ ਕ ਬਣ ਗਏ ਹੁਣ ਤੱਕ ਭਾਜੀ ਹੁਣ ਤਾਂ ਯਾਦ ਵੀ ਨਹੀਂ ਹੋਣੇ ਬਣਾਤੇ ਹੋਣੇ 30-32 ਤਾਂ ਬਣਾ ਦਿੱਤੇ ਹੋਣੇ ਜਿਹੜੇ ਜਿਹੜੇ ਆਪ ਚੈਸੀਆਂ ਜਿਨ੍ਹਾਂ ਦੀਆਂ ਹਾਂਜੀ 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 ਰਿਮ ਰੂਮ ਸਾਰਿਆਂ ਦੇ ਬਣਾਏ ਹੋਏ ਆ ਇਹ ਇਹ ਜਦੋਂ ਆਪਾਂ ਰਿਮ ਭਾਜੀ ਜਦੋਂ ਹੁਣ ਅਸੀਂ ਜੀਪਾਂ ਬਣਾਉਂਦੇ ਹਾਂ ਨਾ ਹਾਂਜੀ ਉਹ 'ਚ ਕੜਾ ਲਾਈਦਾ ਹਾਂਜੀ ਰਿਮ 'ਚ ਉਹਦੀ ਭੈੜੇ ਇਹ ਆ ਕਿ ਉਹ ਰੋਲ ਹਾਂ ਬਬਲ ਕਰਦਾ ਬਬਲਿੰਗ ਕਰਦਾ ਬਬਲਿੰਗ ਕਰਦਾ ਹੁਣ ਜਦੋਂ ਇਹ ਚਾਹਾਂ ਕਰਦਾ ਨਹੀਂ ਕਰਦਾ ਇਹ ਨਹੀਂ ਕਰਦੇ ਕਿਉਂਕਿ ਨਹੀਂ ਕੜਾ ਨਹੀਂ ਨਾ ਲਾਇਆ ਆਪਾਂ ਇਹ ਦੋ ਰਿੰਬਾਂ ਨੂੰ ਆਪਾਂ ਡਾਇਆ ਬਣਾ ਕੇ ਜੋੜ ਦਿੱਤਾ ਆ ਬਾਅਦ ਚੋਂ ਖਰਾਬ ਤੇ ਚਾੜਿਆ ਬਾਅਦ ਚੋਂ ਖਰਾਬ ਤੇ ਤਾੜੇ ਟੂਲ ਲਾ ਕੇ ਹਾਂ ਟੂਲ ਲਾ ਕੇ ਉਹਨੂੰ ਚੰਗੀ ਤਰ੍ਹਾਂ ਬੰਨਿਆ ਐਕਸਲ ਦੇ ਨਾਲ ਫਿਰ ਉਹਨੂੰ ਚਾਰਾਂ ਪਾਸੇ ਲੇਅਰ ਲਾਈ ਮਿਗ ਵੈਲਡਿੰਗ ਦੀ ਉਸ ਤੋਂ ਬਾਅਦ ਫਿਰ ਉਹਨੂੰ ਪੂਰੀ ਲੇਅਰ ਬਾਅਦ ਚੋਂ ਲਾਈ ਠੰਡਾ ਕਰਕੇ ਹੁਣ ਜਿਹਨੂੰ ਨਹੀਂ ਹੁੰਦਾ ਜਿਹਨੂੰ ਇਹ ਗੱਲ ਨਹੀਂ ਸਮਝ ਆਉਂਦੀ ਫਿਰ ਜੱਟਾ ਤੈਨੂੰ ਮਸ਼ੀਨਰੀ ਦਾ ਪਤਾ ਨਹੀਂ ਆ ਸਹੀ ਗੱਲ ਕਿ ਇਹ ਕਿੱਦਾਂ ਹੁੰਦੀਆਂ ਨੇ ਚੀਜ਼ਾਂ ਟੂਲ ਕਿਵੇਂ ਲੱਗਦਾ ਖਰਾਬ ਇੱਕ ਚੀਜ਼ ਭੇਜਣੀ ਪੈਂਦੀ ਆ ਹਰ ਬੰਦੇ ਦਾ ਇਹ ਨਹੀਂ ਕਿ ਕਹਿੰਦਾ ਬਾਈ ਨੇ ਬਣਾਇਆ ਇਹਦੇ 'ਚ ਬਹੁਤ ਬੰਦਿਆਂ ਦਾ ਰੋਲ ਆ ਬਹੁਤ ਬੰਦਿਆਂ ਦਾ ਇਹ 'ਚ ਕਹਿ ਲਓ ਕਿ ਤੁਸੀਂ ਕਹਿ ਦੂੰਗੇ ਨਾ ਕਿ ਪੈਸੇ ਖਰਾਬ ਭਾਈ ਬਹੁਤ ਲੋਕਾਂ ਦੀ ਰੋਟੀ ਚੱਲਦੀ ਆ ਰਿਮ ਬਣੇ ਆ ਰੰਗ ਹੋਏ ਆ ਆਹ ਫਰੇਮ ਬਣਿਆ ਆ ਹਨਾ ਸੀਟ ਦਾ ਕੰਮ ਹੋਏ ਆ ਇਲੈਕਟ੍ਰੀਸ਼ਨ ਦਾ ਕੰਮ ਹੋਏ ਆ ਐਗਜ਼ੌਸਟ ਆਇਆ ਫਿਰ ਟਾਇਰ ਆਏ ਇਹ ਹਰ ਚੀਜ਼ ਦਾ ਹਰ ਬੰਦੇ ਨੂੰ ਕੋਈ ਹਿੱਸਾ ਜਾਂਦਾ ਇਹਦੇ 'ਚ ਦਿਮਾਗ ਦਾ ਕੰਮ ਬਹੁਤ ਉੱਪਰ ਦੇ ਲੈਵਲ ਦਾ ਕੰਮ ਹੋ ਜਾਂਦਾ ਹੈ ਤੁਹਾਡਾ ਸ਼ੌਂਕ ਪੂਰਾ ਹੁੰਦਾ ਕਿਸੇ ਬੰਦੇ ਦਾ ਇਹਦੇ ਨਾਲ ਕਿ ਬਈ ਕਿ ਘਰ ਚੱਲਦਾ ਆ ਇਹ ਕਹਿ ਲਓ ਕਿ ਜੋ ਮਰਜ਼ੀ ਕਹਿ ਲਓ ਪਰ ਚੀਜ਼ ਸਿਰ ਆ ਬਸ ਮੈਨੂੰ ਐਂ ਆ ਕਿ ਬਈ ਮੇਰੇ ਕੋਲ ਬੰਦਾ ਕੋਈ ਆਇਆ ਨਾ ਲੈ ਕੇ ਅਤੇ ਇੱਕ ਤਾਂ ਬਈ ਆਪ ਨੂੰ ਸਵਾਦ ਆਉਂਦਾ ਚੀਜ਼ ਦੇਖ ਕੇ ਹੈਂ ਫਿਰ ਜਿਹੜੀ ਬਾਕੀ ਸਾਰਾ ਕੁਝ ਤਾਂ ਦੇਖ ਲਿਆ ਆਪਣਾ ਯਾਰ ਹੈਗਾ ਤੁਹਾਨੂੰ ਮੈਂ ਦੱਸਿਆ ਲੁਧਿਆਣੇ ਹਾਂਜੀ ਹਾਂਜੀ ਉਹ ਵੀ ਬਾਈ ਇੱਦਾਂ ਦੇ ਕੰਮ ਕਰਦਾ ਟੈਂਕੀਆਂ ਬਣਾਉਣ ਵਾਲੇ ਫਿਰ ਆਹ ਇਹਦੇ ਵਿੱਚ ਟੈਂਕੀ ਕਾਹਦੀ ਆ ਬੁਲਟ ਦੀ ਆ ਜੀ ਬੁਲਟ ਦੀ ਆ ਬੁਲਟ ਦੀ ਟੈਂਕੀ ਹੈਨਾ ਹੁਣ ਕਈ ਐ ਨਾ ਸਮਝ ਲੈਣ ਕਿ ਆ ਸਾਰੀ ਇਹ ਸਾਰੀ ਟੈਂਕੀ ਆ ਨਹੀਂ ਇਹਦੇ ਵਿੱਚ ਹੋਊਗਾ ਹੈਨਾ ਇਹਦੇ ਅੰਦਰ ਬੁਲਟ ਦੀ ਆ ਬੁਲਟ ਦੀ ਟੈਂਕੀ ਬਾਹਰ ਆਪਾਂ ਆਹ ਬਾਹਰ ਕਵਰ ਲਾਏ ਹੋਏ ਆ ਇਹ ਇਹ ਮੈਟਲ ਹੀ ਆ ਮੈਟਲ ਆ ਸਾਰਾ ਓਕੇ ਐਲੂਮੀਨੀਅਮ ਆ ਕਿ ਦੂਸਰਾ ਆ ਲੋਹਾ ਆ ਨਹੀਂ ਲੋਹਾ ਲੋਹਾ ਇਹ ਲੋਹਾ ਆ ਨਾ ਲੋਹਾ ਹਾਂਜੀ ਹੁਣ ਮੰਨ ਲਓ ਬਾਈ ਜੇ ਕੱਲ ਨੂੰ ਉਹ ਜਿਹੜੇ ਵੀਰੇ ਨੂੰ ਮੋਟਰਸਾਈਕਲ ਦੇਣਾ ਹੁਣ ਬੁਲਟ ਆ ਹੁਣ ਉਹਦੀ ਟੈਂਕੀ ਬਾਈ ਜਾਂ ਸਪੈਂਟ ਪੈ ਜੇ ਕੁਛ ਹੋ ਜੇ ਕੱਲ ਨੂੰ ਕਿਤੇ ਲੱਗ ਭੱਜ ਗਿਆ ਹਨਾ ਉਹ ਤਾਂ ਬੰਦਾ ਕਹਿੰਦਾ ਯਾਰ ਹੋਰ ਲੈ ਲਾਂਗੇ ਟੈਂਕੀ ਹਨਾ ਹੁਣ ਮੰਨ ਲਾ ਇਹਨੇ ਕੁਛ ਹੋ ਗਿਆ ਫਿਰ ਕੀ ਕਰਾਂਗੇ ਥੋੜ੍ਹਾ ਮੰਨ ਲਓ ਤਾੜੀ ਕਿੱਡੀ ਹੋਣੀ ਹੈ ਇਹਨੂੰ ਹੁੰਦਾ ਨਹੀਂ ਕੁਛ ਇਹ ਕਿੰਨੇ ਗੇਜ ਲਾਈ ਉਹ ਚਾਦਰ ਇਹਨੂੰ ਇਹ ਲਾਈ 14 ਗੇਜ ਫਿਰ ਤਾਂ ਸੱਚੀ ਨਹੀਂ ਬੈਂਡ ਹੋਣੀ ਭਾਅ ਜੀ 14 ਗੇਜ ਮਰਜ਼ੀ ਕਰ ਲਓ 14 ਗੇਜ ਦੀ ਚਾਦਰ ਨਾ ਇਹ ਮੋੜਨੀ ਬਹੁਤ ਔਖੀ ਆ ਬਹੁਤ ਔਖੀ ਬਹੁਤ ਔਖੀ ਰੋਲ ਕਰਨੀ ਬਹੁਤ ਔਖੀ ਆ ਬਾਕੀ ਬਈ ਵਧੀਆ ਕੰਮ ਹੋ ਗਿਆ ਭਾਜੀ ਅੱਛਾ ਅੰਦਰ ਬੁਲਟ ਆ ਇਹਦੇ ਹਾਂਜੀ ਕਿੰਨੇ ਮੋਟਰਸਾਈਕਲਾਂ ਦਾ ਸੰਦ ਸਮਾਨ ਜੋੜ ਕੇ ਫੇਰ ਜਾ ਕੇ ਇਹ ਬਣਿਆ ਅਤੇ ਇਹ ਇਹ ਜਾਣਿਆ ਪਛਾਣਿਆ ਆਹ ਹੈਂਡਲ ਬਾਰ ਹਾਂ ਇਹ ਕਿਹੜੇ ਮੋਟਰਸਾਈਕਲ ਦਾ ਹੈਂਡਲ ਬਾਰ ਹੈਗਾ ਤਾਂ ਐਫਸੀ ਦਾ ਹੀ ਹੈ ਲੇਕਿਨ ਇਹਨੂੰ ਵੀ ਆਪਾਂ ਇੱਧਰੋਂ 3-3 ਇੰਚ ਐਕਸਟੈਂਡ ਵਧਾਇਆ ਆ 3-3 ਇੰਚ ਦੋਨਾਂ ਪਾਸੇ ਵਧਾਇਆ ਲੰਬਾ ਕੀਤਾ ਹੈ ਕਿਉਂਕਿ ਕਸਟਮਰ ਨੂੰ ਚਾਹੀਦਾ ਕੰਫਰਟੇਬਲ ਚੌੜਾ ਹੋ ਹਾਰਲੇ ਡੇਵਿਡਸਨ ਹਨਾ ਇਹ ਇਹ ਰਿਜ਼ੈਂਬਲ ਕਿਹੜੇ ਮੋਟਰਸਾਈਕਲ ਨਾਲ ਕਰਦਾ ਇਹ ਵੀ ਰੋਡ ਉਹ ਕਿੰਨੇ ਕਦਾ ਆ 22 ਲੱਖ ਰੁਪਏ ਦਾ ਹੈਗਾ 22 ਲੱਖ ਰੁਪਏ ਦਾ ਇਹਦਾ ਫੀਲਿੰਗ ਉਹਦੀ ਵਾਲੀ ਹਾਂਜੀ ਹਾਂਜੀ ਸੇਮ ਉਹੀ ਆਏਗੀ ਤੇ ਜਿਹੜੀ ਆ ਜਿੱਦਾਂ ਹੁਣ ਆਪਾਂ ਚੌੜਾ ਕੀਤਾ ਸਾਰਾ ਹਾਂਜੀ ਜਿੱਦਾਂ ਆ ਵੀ ਤਾਂ ਆਪਾਂ ਨੂੰ ਬਣਾਉਣਾ ਪਿਆ ਕਿਉਂਕਿ ਹਾਂਜੀ ਹਾਂਜੀ ਆ ਵੀ ਆਪ ਹੀ ਬਣਾਏ ਆ ਇਹ ਕੰਪਨੀ ਦੀ ਫਿਟਿੰਗ ਵਾਂਗਰ ਹੀ ਆ ਜਿੱਦਾਂ ਕੰਪਨੀ ਦੀ ਹੁੰਦੀ ਜਿੱਦਾਂ ਥੱਲੇ ਲੋਹੇ ਦਾ ਆ ਐਲਮੀਨੀਅਮ ਦਾ ਐਲਮੀਨੀਅਮ ਦਾ ਪੀਸ ਵਾਲਾ ਆ ਲੋਹੇ ਦਾ ਪੂਰਾ ਮੈਟਲ ਦਾ ਇਹ ਵੀ ਆਪ ਹੀ ਬਣਾਇਆ ਹਾਂਜੀ ਆ ਵੀ ਆਪ ਹੀ ਬਣਾਇਆ ਨਹੀਂ ਇਹ ਇਹ ਲੇਜ਼ਰ ਨਾਲ ਬਣਦਾ
ਸਾਰੇ ਪਾਸਿਓਂ ਬਰੋਬਰ ਹੋਊਗਾ ਕੰਪਿਊਟਰ ਨੂੰ ਕਮਾਂਡ ਦੇ ਕੇ ਮਤਲਬ ਜੱਟੋ ਐਂ ਆ ਜੇ ਤਾਂ ਕਰਨਾ ਸ਼ੌਂਕ ਵਧੀਆ ਪੂਰਾ ਹੈ ਨਾ ਫਿਰ ਤਾਂ ਤੁਸੀਂ ਬਾਈ ਕੋਲ ਜਦੇ ਮਰਜ਼ੀ ਆ ਜਾਓ ਇਹ ਚੀਜ਼ਾਂ ਜਿਹੜੀਆਂ ਹੈ ਨਾ ਹੁਣ ਜੇ ਕੋਈ ਆਮ ਯੂਟਿਊਬਰ ਜਿੱਦਾਂ ਕੋਈ ਨਵੇਂ ਸ਼ੋਅਰ ਆ ਜਾਂਦੇ ਆ ਉਹਨਾਂ ਨੂੰ ਬਹੁਤੀਆਂ ਮਿਸਤਰੀਆਂ ਇਹ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਉਹ ਐਂ ਕਹੀ ਜਾਣਗੇ ਸਰ ਜੇ ਬਹੁਤ ਬੜੀਆ ਹੈ ਸਰ ਜੇ ਆਪਣੇ ਬਹੁਤ ਖੂਬ ਲਗਾ ਦਿਆ ਹੈ ਜੇ ਆਪਣੇ ਸਿਰਾ ਲਗਾ ਦਿਆ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਲੱਤ ਕਹਾਂ ਸੇ ਲਗਾ ਦਿਆ ਹੈ ਬਾਂਹ ਕਹਾਂ ਸੇ ਲਗਾ ਦੀ ਹੈ ਇਹ ਉਹਨੂੰ ਪਤਾ ਹੁੰਦਾ ਜਿਹੜੇ ਜਿਹਦਾ ਜਾਂ ਤਾਂ ਟੱਬਰ ਮਿਸਤਰੀਆਂ ਦਾ ਹੋਵੇ ਜਾਂ ਆਪ ਮਿਸਤਰੀਆਂ ਨਾਲ ਉਹਨੇ ਹੱਥ ਕਾਲੇ ਕੀਤੇ ਹੋਣ ਸਸਪੈਂਸ਼ਨ ਸੈੱਟ ਨੀ ਹੈਗਾ ਇਹਦੀ ਲਾਈਨਮੈਂਟ ਸੈੱਟ ਨੀ ਹੈਗੀ ਜਾਂ ਬਾਈ ਇਹ ਚਾਹ ਪਕਾਉਣ ਰਹਿ ਗਈ ਜਾਂ ਕੁਛ ਇਹ ਸਾਰੇ ਪਾਸਿਓਂ ਕੰਪਲੀਟ ਆ ਬਾਈ ਨੂੰ 20 ਲੱਖ ਲਾਉਣ ਦੀ ਲੋੜ ਨੀ ਪਈ ਬਸ ਗੱਲਬਾਤ ਇੱਥੇ ਗੱਲ ਹੁਣ ਬਾਈ ਇੱਕ ਤਾਂ ਆਹ ਮੋਟਰਸਾਈਕਲ ਹੋਰ ਕੀ ਤਿਆਰ ਕਰ ਸਕਦੇ ਜੇ ਕਰਨਾ ਹੋਵੇ ਬਾਈਕ ਕੋਈ ਵੀ ਹੋਵੇ ਜਿਹੜੀ ਬਾਈਕ ਕੋਈ ਵੀ ਹੋਵੇ ਜਿੱਦਾਂ ਦੀ ਕਸਟਮਰ ਨੇ ਫੋਟੋ ਦਿਖਾਣੀ ਆਪਾਂ ਉਵੇਂ ਦਾ ਬਣਾ ਦੇਣਾ ਆਫ ਰੋਡ ਦੀਆਂ ਬਾਈਕਾਂ ਹੋਗੀਆਂ ਜਿਹੜੀਆਂ ਡਰਟ ਬਾਈਕਾਂ ਹੋਗੀਆਂ ਉਹ ਬਾਈ ਤਿਆਰ ਕਰ ਦਿੰਦਾ ਜਿਹੜੀਆਂ ਉਹ ਛੇ ਜਿੱਦਾਂ ਮਾਰਦੀਆਂ ਛਾਲਾਂ ਉੱਤੇ ਨਹੀਂ ਬਿਲਕੁਲ ਹਾਂ ਉਹ ਵਾਲੀਆਂ ਵੀ ਹਾਂ ਕਾਪੀ ਕਰ ਦਿੰਦੀਆਂ ਸੇਮ ਜੇ ਕਿਸੇ ਨੇ ਬੁਲਟ ਤਿਆਰ ਕਰਾਉਣਾ ਹੋਵੇ ਬੁਲਟ ਵੀ ਕਰ ਦਾਂਗੇ ਕੋਈ ਸਾਨੂੰ ਫੋਟੋ ਦਿਖਾ ਦਿਓ ਜਿਵੇਂ ਕਈਆਂ ਕੋਲੇ ਬੁਲਟ ਹੁੰਦੇ ਨਾ ਉਹ ਕਹਿੰਦਾ ਇਹਨੂੰ ਚੈਸਟ ਲੰਬਾ ਕਰ ਦਈਏ ਖਿੱਚ ਕੇ ਥੋੜ੍ਹਾ ਜਿਹਾ ਹੋਊਗਾ ਭਾਈ ਬਸ ਫੋਟੋ ਦਿਖਾਓ ਜਿੱਦਾਂ ਦੀ ਕਹੋਗੇ ਇਹ ਵੀ ਕਸਟਮਰ ਨੇ ਫੋਟੋ ਦਿਖਾਈ ਸੇਮ ਉੱਦਾਂ ਹੀ ਬਣਾ ਲਿਆ ਫੋਟੋ ਦੇਖ ਕੇ ਲਾਈਟ ਤੱਕ ਹੱਥ ਨਾਲ ਇੱਥੇ ਮੈਂ ਆਪ ਬਣਾਈ ਕੋਈ ਬਾਹਰੋਂ ਕਿਸੇ ਡੈਂਟਰ ਕੋਲ ਨਹੀਂ ਕੁਛ ਕਰਾਇਆ ਅਤੇ ਆਰ ਐਂਡ ਡੀ ਕਿੰਨੇ ਦਿਨ ਕੀਤੀ ਇਹਦੇ 'ਤੇ ਫਿਰ ਇਹਦੇ 'ਤੇ ਲੱਗ ਗਏ ਸੀ ਜੀ ਸਾਢੇ ਕੁ 3 ਮਹੀਨੇ ਲੱਗ ਗਏ ਸੀਗੇ ਸਾਢੇ 3 ਮਹੀਨੇ ਲੱਗ ਗਏ ਟੈਸਟਿੰਗ ਵੀ ਚੱਲੀ ਗਈ ਲਾਈਵ ਵੀ ਬਣਾਈ ਵੀ ਕੱਲੀ ਕੱਲੀ ਚੀਜ਼ ਤਾਂ ਬਣਾਉਣੀ ਪੈਂਦੀ ਹੈ ਬੈਠਣ ਨੂੰ ਜਿਵੇਂ ਆਹ ਹੈ ਭਵਿੰਦਰ ਬਹਿਣ ਨੂੰ ਬਾਲਾ ਕੰਮ ਉਹ ਜਿੱਦਾਂ ਐ ਆ ਕਿ ਜਿਵੇਂ ਉਹ ਹਾਰਲੇ ਡੇਵਿਡਸਨ ਦੇ ਆਪਾਂ ਬਹਿੰਦੇ ਕਿ ਮੂਹਰੇ ਆਪਣੇ ਪੈਰ ਰੱਖ ਚਾਬੀ ਕੀ ਚਾਬੀ ਥੱਲੇ ਲੱਗਣੀ ਆ ਹਾਂਜੀ ਇਹਦੇ ਸਪੀਡ ਮੀਟਰ ਵਾਲਾ ਕੰਮ ਰਹਿ ਗਿਆ ਭਾਜੀ ਭਾਈ ਓਡਰ ਪਾਇਆ ਹੋਇਆ ਔਨਲਾਈਨ ਮੰਗਾਇਆ ਇਹਦੇ ਲੱਗਣੇ ਆ ਲਾਉਣਾ ਆ ਇਹਦੇ ਫਿਰ ਕਿਹੜੇ ਲੱਗੂਗੇ ਯੂਨੀਵਰਸਲ ਹੀ ਹੈਗਾ ਵਾ ਅੱਛਾ ਅੱਗੇ ਉਹ ਆਰ ਪੀ ਐਮ ਵਾਲਾ ਹਾਂਜੀ ਆਰ ਪੀ ਐਮ ਸਭ ਕੁਛ ਵਿੱਚ ਹੈਗਾ ਕਿਲੋਮੀਟਰ ਵਿੱਚ ਟ੍ਰਿਪ ਪੇ ਟ੍ਰਿਪ ਵੀ ਸਭ ਕੁਛ ਵਿੱਚ ਅੱਛਾ ਉਹ ਡਿਜੀਟਲ ਵਾਲਾ ਆ ਡਿਜੀਟਲ ਔਨਲਾਈਨ ਉਹ ਲੱਗਣਾ ਫਿਰ ਉਹ ਟੈਂਕੀ ਵਾਲਾ ਵੀ ਦੱਸੂਗਾ ਫਿਊਲ ਗੇ ਹੀ ਨਹੀਂ ਦੱਸੂਗਾ ਕਿਉਂਕਿ ਟੈਂਕ ਇਹ ਫਿਊਲ ਟੈਂਕ 'ਚ ਹੀ ਨਹੀਂ ਹੈਗਾ ਆਪਸ਼ਨ ਜਲੰਧਰ ਹੈਗਾ ਗਾਜੀ ਗੁਲਾ ਚੌਂਕ ਵਰਕਸ਼ਾਪ ਚੌਂਕ ਲੱਗੇ ਪੈਂਦਾ ਉੱਥੇ ਆ ਕੇ ਫੋਨ ਕਰ ਦੋ ਮੇਰੀ ਚੌਂਕ 'ਚ ਸ਼ੋਪ ਹੈਗੀ ਹੈ ਸ਼ੋਪ ਦਾ ਨਾਮ ਕੀ ਸੀ ਭਾਜੀ ਔਖਾ ਜਿਹਾ ਸੀਗਾ ਐਸ਼ ਬਾਈਕ ਪੁਆਇੰਟ ਐਸ਼ ਬਾਈਕ ਪੁਆਇੰਟ ਅਤੇ ਬਾਈ ਸਾਡਾ ਤੁਹਾਨੂੰ ਉੱਥੇ ਮਿਲੂਗਾ ਨੰਬਰ ਮੈਂ ਸਕਰੀਨ 'ਤੇ ਦੇਣ ਲੱਗਾ ਆਈ ਡੀ ਬਾਈ ਦੀ ਸਕਰੀਨ 'ਤੇ ਦੇਣ ਲੱਗਾ ਜੇ ਕਿਸੇ ਨੇ ਤਾਂ ਸਟੰਟ ਸਟੂੰਟ ਜੇ ਕਰਾਉਣੇ ਨਾ ਗਾਣਿਆਂ 'ਚ ਉਹ ਜਦੋਂ ਮੋਟਰਸਾਈਕਲ ਚੱਕ ਕੇ ਘੁੰਮਾ ਦਿੰਦੇ ਟੀਮਾਂ ਹੈ ਨਾ 5-7 ਬੰਦੇ ਉਹ ਭਾਜੀ ਆ ਅਤੇ ਉਹ ਬਾਈ ਨੂੰ ਬਾਈ ਦੀ ਆਈ ਡੀ ਦੇਣ ਲੱਗਾ ਨੰਬਰ ਦੇਣ ਲੱਗਾ ਆਈ ਡੀ ਦੇ ਥੱਲੇ ਉਹ ਬਾਈ ਨੂੰ ਕਰ ਲਿਓ ਕਿਉਂਕਿ ਬਾਈ ਸਾਡਾ ਬਹੁਤ ਤਕੜੇ ਤਕੜੇ ਗਾਣੇ 'ਚ ਆ ਚੁੱਕਿਆ ਹੁਣ ਤੱਕ ਜਿਹੜੇ ਮਰਜ਼ੀ ਤਕੜੇ ਤਕੜੇ ਈਵੈਂਟ ਹੋਣ ਗਾਣੇ ਹੋਣ ਮਾਊਂਟੇਨ ਡਿਊ ਵਾਲੇ ਜਿਹੜੇ ਕਹਿੰਦੇ ਹੁੰਦੇ ਆ ਉਹ ਸਟੰਟ ਉਹ ਵਾਲੇ ਬਾਈ ਕਰ ਲੈਂਦਾ ਸਰ ਅਤੇ ਬਾਕੀ ਆਸ ਕਰਦੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਭਾਈ ਦਾ ਮੋਟਰਸਾਈਕਲ ਤੁਹਾਨੂੰ ਵਧੀਆ ਲੱਗਿਆ ਹੋਊਗਾ ਸਾਡਾ ਭਰਾ ਸਾਨੂੰ ਵਧੀਆ ਲੱਗਿਆ ਹੋਊ ਤੁਹਾਨੂੰ ਹੈ ਨਾ ਅਤੇ ਤੁਹਾਡਾ ਸਾਰਿਆਂ ਦੇ ਬਾਈ ਤੁਹਾਡਾ ਵੀ ਦੋਨਾਂ ਦਾ ਸਮਾਂ ਦੇ ਲਈ ਧੰਨਵਾਦ ਭਾਅ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ